ਸਾਡੀ ਸਮੂਹ ਜਿਹੜੀ ਪ੍ਰਬੰਧਕ ਕਮੇਟੀ ਛਿੰਝ ਕਮੇਟੀ ਆ ਸਾਡੇ ਸੀਨੀਅਰ ਸਿਟੀਜਨ ਜਿਹੜੇ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਜੀ, ਹਾਰ ਪਾ ਕੇ ਤੇ ਨਾਲ ਉਹਨਾਂ ਨੂੰ ਟੋਪੀ ਪਹਿਨਾਈ ਆ ਰਹੀ ਹੈ ਜੀ। ਆਇਆਂ ਨੂੰ ਮੋਸਟ ਵੈਲਕਮ ਕੀਤਾ ਜਾ ਰਿਹਾ ਸਾਡੀ ਸਮੂਹ ਜਿਹੜੀ ਛਿੰਝ ਕਮੇਟੀ ਹੈ, ਸਾਰੀ ਛਿੰਝ ਕਮੇਟੀ ਵੱਲੋਂ। ਔਰ ਉਸ ਤੋਂ ਬਾਅਦ ਦੰਗਲ ਦੀ ਓਪਨਿੰਗ ਹੋਵੇਗੀ ਜੀ, ਰਿਬਨ ਕੱਟ ਕੇ ਓਪਨਿੰਗ ਕੀਤੀ ਜਾਵੇਗੀ। ਲੱਖ ਦਾਦਾ ਵੀਰ ਕੀ ਵੀਰ ਹਨੁਮਾਨ ਕੀ ਜੈ। ਪੈਰਾਂ ਤਲੇ ਤੇ ਮੋਇਆ ਉੱਪਰ ਹੋਏ, ਪਹਿਲਾਂ ਕਰਾਂ ਮੈਂ ਸਿਫਤ ਕਰਤਾਰ ਵਾਲੀ ਰੰਗ ਰੰਗ ਦੇ ਬਾਗ ਜੋ ਲਾਉਂਦਾ ਈ, ਕਿਸੇ ਬਲ ਨੂੰ ਖੂਬ ਪਕਾ ਤੋੜੇ ਕਿਸੇ ਕੱਟੇ ਨੂੰ ਕੱਚੇ ਨੂੰ ਪੁੱਟ ਮੁਕਾਬਦਾ ਈ, ਇੱਧਰ ਉੱਧਰ ਵਸੇ ਸਭ ਜਹਾਨ ਅੰਦਰ ਐ ਪਰ ਨਜ਼ਰ ਨਾ ਕਿਧਰੇ ਆਵਦਾ ਈ। ਅਮਲ ਹਮਦ ਜਨਾਬ ਅੱਲਾ ਜੀ ਨੂੰ ਜਿਹੜਾ ਕੁਦਰਤੀ ਖੇਲ ਬਣਾਵਦਾ ਈ, 14 ਤਬਕਾ ਦਾ ਨਕਸ਼ਾ ਨਿਗਾਰ ਕਰਕੇ ਰੰਗ ਰੰਗ ਦੇ ਬਾਗ ਜੋ ਲਾਉਂਦਾ ਈ, ਸਭਾ ਪਿਛਲੀਆਂ ਸਭ ਲਵੇਟ ਲੈਂਦਾ, ਅੱਗੋਂ ਹੋਰ ਦੀਆਂ ਹੋਰ ਵਛਾਵਦਾ ਈ, ਸ਼ਾਹ ਮੁਹੰਮਦ ਉਸ ਤੋਂ ਸਦਾ ਡਰੀਏ, ਬਾਦਸ਼ਾਹਾਂ ਤੋਂ ਜੋ ਭੀਖ ਮੰਗਾਵਦਾ ਈ। ਮਾਪੇ ਜਨਮ ਦਿੰਦੇ ਤੇ ਰੱਬ ਕਰਮ ਦਿੰਦਾ, ਮਾਪੇ ਜਨਮ ਦਿੰਦੇ ਤੇ ਰੱਬ ਕਰਮ ਦਿੰਦਾ, ਉੱਥੇ ਗੁਰੂ ਦਾ ਤੀਜਾ ਸਥਾਨ ਬਣਦਾ, ਮਦਦ ਸਿੱਖਿਆ ਦੀ ਜਿਸ ਨੂੰ ਮਿਲ ਜਾਵੇ। ਸਿਆਣੇ ਕਹਿੰਦੇ ਨੇ ਬੰਦਾ ਇਨਸਾਨ ਬਣਦਾ, ਰੱਖੀ ਸ਼ੁਰੂ ਤੋਂ ਚੰਗੀ ਨੀ ਹੋਵੇ ਚੰਗਾ ਉਸ ਦੇ ਉੱਪਰ ਮਕਾਨ ਬਣਦਾ, ਰੱਬ ਦੇਵੇ ਦੇ ਹੱਥ ਘੁੱਟ ਕੇ ਨਾ ਕਰਨੀ ਮਦਦ ਗਰੀਬ ਦੀ ਦਾਨ ਬਣਦਾ। ਹਰ ਮੋੜ ਤੇ ਕੁਦਰਤ ਰੱਬ ਦੀ ਏ, ਕੁਦਰਤ ਨਾਲ ਹੀ ਬੰਦਾ ਜਵਾਨ ਬਣਦਾ, ਕੁਦਰਤ ਨਾਲ ਹੀ ਬਾਜੀ ਜਿੱਤਦਾ ਏ, ਫਿਰ ਮਾਪਿਆਂ ਦੇ ਦਿਲ ਦੀ ਸ਼ਾਨ ਬਣਦਾ, ਧੜਕਣ ਲੋਕਾਂ ਦੇ ਦਿਲਾਂ ਦੀ ਬਣ ਜਾਂਦਾ, ਹਰ ਇੱਕ ਦੀ ਜਾਣ ਪਹਿਚਾਣ ਬਣਦਾ, ਫਿਰ ਰੱਬ ਦੀ ਹੋਵੇ ਜੇ ਮਿਹਰ ਦੀ ਨਾ, ਫਿਰ ਜਾ ਕੇ ਬੰਦਾ ਭਲਵਾਨ ਬਣਦਾ। ਧੰਨਵਾਦ ਕਰਦੇ ਜੀ, ਵਿਸ਼ੇਸ਼ ਧੰਨਵਾਦ ਜੀ ਸਾਡੀ ਸਮੂਹ ਨਗਰ ਦਰੂਹੀ ਸ਼ਾਸਨ ਦਾ ਜੀ, ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾ ਕੇ ਆਪਣੇ ਗੁਰੂ ਪੀਰਾਂ ਦੀਆਂ ਯਾਦਾਂ ਮਨਾਉਣ ਵਾਸਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਤਿਲ ਫੁੱਲ ਭੇਟ ਕੀਤੇ ਨੇ। ਵਿਸ਼ੇਸ਼ ਧੰਨਵਾਦ ਜੀ ਸਾਡੇ ਪ੍ਰਧਾਨ ਨਿੱਕਾ ਰਾਮ ਜੀ, ਉੱਤਮ ਚੰਦ ਜੀ, ਰਿੱਖੀ ਰਾਮ ਜੀ, ਜੋਗਿੰਦਰ ਜੀ, ਸ਼ੈਲਦੀਨ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਦੰਗਲ ਦੇ ਵਾਸਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ। ਚਲੋ ਜੀ ਢੋਲੀ ਜੀ ਤੁਸੀਂ ਹੁਣ ਲਾਓ ਹਾਜ਼ਰੀ, ਇਸ ਤੋਂ ਬਾਅਦ ਬਾਹਰ ਅਸੀਂ ਲਿਆ ਜਾਵਾਂਗੇ।
ਛੋਟੇ ਛੋਟੇ ਬੱਚਿਆਂ ਦੀ ਕੁਸ਼ਤੀ ਚੱਲ ਰਹੀ ਆ, ਇੱਕ ਦੂਜੇ ਨੂੰ ਐ ਜਫੀਆਂ ਹੁਸ਼ਿਆਰ ਸਿੰਘ ਜੀ ਪਾਈਆਂ ਨੇ, ਜਿਵੇਂ ਏਅਰਪੋਰਟ ਤੇ ਕੁੜਮ ਕੁੜਮਣੀ ਮਿਲਦੀਆਂ ਨੇ, ਜੇ ਕੁੜਮਣੀ ਨੂੰ ਕੁੜਮਣੀ ਮਿਲਦੀ ਇਸ ਤਰ੍ਹਾਂ ਏਅਰਪੋਰਟ ਤੇ ਮਿਲਦੀਆਂ, ਐਵੇਂ ਜਫੀਆਂ ਪਾਈਆਂ, ਦਾ ਮਾਰੋ ਭਲਵਾਨ ਜੀ ਦਾ ਮਾਰੋ, ਚਲੋ ਜੀ ਭੋਲੀ ਜੀ ਮੁਕਾਬਲਾ ਫਤਿਹ ਹੋ ਗਿਆ ਜੀ। ਪਹਿਲੀ ਕੁਸ਼ਤੀ ਬਹੁਤ ਕਾਟਾ ਖਾੜੇ ਦੇ ਵਿੱਚ ਹੋਈ ਹੈ ਜੀ, ਬਹੁਤ ਸਿੰਘ ਫਸੇ। ਆ ਜਾਓ ਆ ਜਾਓ, ਅਗਲੀ ਕੁਸ਼ਤੀ ਵਾਲੇ ਵੀ ਆ ਜਾਓ ਜੀ, ਆ ਜਾਓ। ਲੈ ਸਾਰੇ ਪਹਿਲਵਾਨਾਂ ਨੂੰ ਦੁਬਾਰਾ ਫੇਰ ਬੇਨਤੀ ਕਰਦੇ ਵੀ ਜਿੰਨੇ ਵੀ ਪਹਿਲਵਾਨ ਅੱਜ ਦੜੂਹੀ ਦੇ ਦੰਗਲ ਵਿੱਚ ਪਹੁੰਚੇ ਨੇ, ਆਓ ਆਣ ਕੇ ਖਾੜੇ ਪਾਤਸ਼ਾਹ ਵਿੱਚ ਬੈਠੋ, ਜੋ ਕਿ ਸਾਡੀ ਛਿੰਜ ਕਮੇਟੀ ਖਾੜੇ ਵਿੱਚ ਪਹੁੰਚ ਚੁੱਕੀ ਆ। ਜਲਦੀ ਹੀ ਅਸੀਂ ਕੁਆਟਰ ਫਾਈਨਲ ਕਰਵਾਉਣੇ ਨੇ, 15 ਮਿੰਟ ਦੇ ਸਮੇਂ ਦੇ ਅੰਦਰ ਅੰਦਰ ਸਾਰੇ ਪਹਿਲਵਾਨ ਆਪਣੇ ਨਾਵਾਂ ਦੀ ਐਂਟਰੀ ਕਰਵਾਓ, ਉਸ ਤੋਂ ਬਾਅਦ ਕਿਸੇ ਪਹਿਲਵਾਨ ਦੀ ਕੁਸ਼ਤੀ ਨਹੀਂ ਲਿਖੀ ਜਾਣੀ, ਇਹ ਸਾਰੇ ਪਹਿਲਵਾਨ ਆਵਾਜ਼ ਸੁਣਦੇ ਹੋਣ ਦੇ ਖਾੜੇ ਵਿੱਚ ਜਾਣ ਕੇ ਆਪਣੇ ਨਾਵਾਂ ਦੀ ਐਂਟਰੀ ਕਰਵਾ ਦੋ ਜੀ। ਕੀ ਢੋਲ ਵੱਜਿਆ ਤਾਂ ਤਾਂ ਹੋਣ ਚਰਚੇ, ਛਿੰਝ ਮੇਲਾ ਹੋ ਰਿਹਾ ਅੱਜ ਐਤਵਾਰ ਦਾ ਜੀ, ਢੋਲ ਵੱਜਿਆ ਤਾਂ ਤਾਂ ਹੋਣ ਚਰਚੇ, ਛਿੰਝ ਮੇਲਾ ਹੋ ਰਿਹਾ ਅੱਜ ਐਤਵਾਰ ਦਾ ਜੀ, ਅੱਜ ਸ਼ੇਰ ਨੂੰ ਸ਼ੇਰ ਟਕਰਾਉਣ ਲੱਗਾ, ਸ਼ੇਰ ਸ਼ੇਰ ਨੂੰ ਪਿਆ ਵੰਗਾਰਦਾ ਜੀ, ਸੱਚਾ ਰੱਬ ਫੈਸਲਾ ਕਰਨ ਵਾਲਾ, ਦੁੱਧੋ ਦੁੱਧ ਤੇ ਪਾਣੀ ਨਿਤਾਰਦਾ ਜੇ, ਉਹ ਸਰੀਰ ਦੋਹਾਂ ਦੇ ਸਖੀ ਫਲਾਦ ਵਰਗੇ, ਵੇਖਣਾ ਕੌਣ ਜਿੱਤਦਾ ਤੇ ਕੌਣ ਹਾਰਦਾ ਜੇ, ਇੱਕ ਖੁੱਲ ਕੇ ਤਾੜੀ ਮਾਰਦੇ ਸ਼ਰੀਆ ਸਾਹਿਬ ਦੇ ਨਾਂ ਦੀ, ਵਾਹੀ ਵਾਹ। ਚਲੋ ਜੀ ਢੋਲੀ ਜੀ ਖਿੱਚ ਕੇ ਰੱਖੋ, ਅੱਜ ਪਤਾ ਲੱਗ ਜੇ ਕਿ ਦੋ ਹੀ ਦੇ ਵਿੱਚ ਜੰਗਲ ਦੀ ਮਹਾਂ
ਬਾਹਰਵੀਂ ਬਾਹਰਵੀਂ ਕਦੀ ਪਠਾਨਕੋਟ ਨੂੰ ਨੀ ਬਣੀ ਅੰਤਰ ਰੱਖਣੀ ਆ। चलो जी टोली जी ਵਾਰਡ ਮੈਂਬਰ ਸੁਮਨ ਆਰੀਆ ਜੀ ਸਸਤਰ ਤੋਂ ਜਿਹੜੇ ਉਹਨਾਂ ਦਾ ਮਾਨ ਸਨਮਾਨ ਹੋ ਰਿਹਾ ਸਮੂਹ ਸਾਡੀ ਜਿਹੜੀ ਛਿੰਝ ਕਮੇਟੀ ਉਹਨਾਂ ਵੱਲੋਂ ਮਾਨ ਸਨਮਾਨ ਕਰ ਜ਼ੋਰਦਾਰ ਤਾੜੀ ਮਾਰ ਦਿਓ ਜੀ ਸ਼ੁਕਰੀਆ ਜੀ ਚਲੋ ਜੀ ਬੋਲੋ ਜੀ ਕਰੋ ਕੁਛ ਤੁਸੀਂ Thank you.
ਵਾਹੁੰਦੇ ਤਲਵਾਰਾਂ ਕਿ ਮਹਾਬਲੀ ਨਾਲ ਜੂਝਦੇ ਵਾਹੁੰਦੇ ਤਲਵਾਰਾਂ ਉਸ ਦਾਦੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਜਸ਼ਨ ਮਨਾਈਏ ਜਿੱਤ ਦੇ ਨਾ ਹਾਰੋ ਡਰੀਏ ਜੇ ਮੰਦੇ ਬੋਲ ਨਾ ਬੋਲੀਏ ਕਰਤਾਰੋ ਡਰੀਏ ਕਰਤਾਰੋ ਡਰੀਏ ਚਲੋ ਜੀ ਢੋਲੀ ਜੀ ਇੱਕ ਵਜੇ ਖਿੱਚ ਕੇ ਰੱਖੋ ਖਿੱਚ ਕੇ ਰੱਖੋ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਇਸ ਦੰਗਲ ਦੇ ਵਿੱਚ ਸਾਡੇ ਇਸ ਦੰਗਲ ਦੇ ਚੀਫ ਗੈਸਟ ਡਾਕਟਰ ਤੁਸੀਂ ਵਿਹੜੇ ਸਾਡੇ ਆਏ ਸਾਡਾ ਵਿਹੜਾ ਰੁਸ਼ਨਾਇਆ ਸਾਨੂੰ ਇਉਂ ਲੱਗਾ ਜਿਵੇਂ ਸਾਡੇ ਵਿਹੜੇ ਵਿੱਚ ਚੰਚਲ ਹੈ ਇੱਕ ਜੋਰ ਦਾ ਤਾੜੀ ਮਾਰੋ ਡਾਕਟਰ ਸਾਹਿਬ ਦੇ ਨਾਲ ਸਰ ਅਗਲੀ ਕੁਸ਼ਤੀ ਦੇ ਵਾਸਤੇ ਮਲਕੀਤ ਹਸਨ ਸਰ ਜੀ ਇੱਕ ਯਾਦਗਾਰੀ ਫੋਟੋ ਹੋ ਰਹੀ ਆ ਅੱਜ ਦੇ ਚੀਫ ਗੈਸਟ ਸਾਹਿਬ ਹੋਣਾ ਨਾ ਕਿ ਨੰਗੀਆਂ ਸੀ ਜਦ ਗਲੀ ਵਿੱਚ ਦੀ ਤੁਹਾਡੇ ਤੁਸੀਂ ਨਜ਼ਰਾਂ ਦੇ ਨਾਲ ਸੀ ਤੀਰ ਖਿੱਚ ਗਏ ਉਹ ਤੀਰ ਨਾਲ ਮੈਂ ਦਿਲ ਤੇ ਸਹਾਰ ਸਕਿਆ ਪਾਲੇ ਜੁਲਫਾਂ ਦੇ ਤੁਸੀਂ ਜਨੀਰ ਖਿੱਚ ਗਏ ਜਿਨ੍ਹਾਂ ਰਾਹਾਂ ਦੀ ਨਹੀਂ ਸੀ ਸਾਰ ਮੈਨੂੰ ਲੈ ਗਈ ਉਹਨਾਂ ਰਾਹਾਂ ਦੇ ਤਕਦੀਰ ਖਿੱਚ ਗਏ ਪਤਾ ਹੁੰਦਾ ਜੇ ਤੇਰੇ ਨਾਲ ਵਿਛੜ ਜਾਣਾ ਰੱਖ ਲੈਂਦਾ ਤੇਰੀ ਤਸਵੀਰ ਖਿੱਚ ਗਈ ਉੱਤਮ ਚੰਦ ਜੀ ਵੱਲੋਂ ਦਇਆ ਚਲਾ ਕੇ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸਾਡੇ ਚੀਫ ਗੈਸਟ ਸਾਹਿਬ ਹੋਣਾ ਦਾ ਨਾਲ ਉਹਨਾਂ ਨੂੰ ਟੋਪੀ ਪਹਿਨਾ ਕੇ ਉਹਨਾਂ ਦਾ ਮਾਨ ਸਨਮਾਨ ਤੇ ਨਾਲ ਮੈਂਟੋ ਦੇ ਨਾਲ ਬੋਲੋ 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 ਲੱਖ ਲੱਖਾਂ ਪੀਰ ਕੀ ਪੀਰ ਹਨੁਮਾਨ ਕੀ ਜੈ ਚਲੋ ਜੀ ਇਧਰਲੇ ਪਾਸੇ ਦੂਜਾ ਕੁਆਟਰ ਫਾਈਨਲ ਸ਼ੁਰੂ ਹੋਣ ਲੱਗਾ ਇੱਕ ਪਾਸੇ ਕਹਿੰਦੇ ਹਸਨ ਹਸਨ ਹੱਥ ਖੜਾ ਕਰਦੇ ਤੇ ਦੂਜੇ ਪਾਸੇ ਮਲਕੀਤ ਦੀਨਾ ਨਗਰ ਬੋਲੋ 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 ਲੱਖ ਦੱਤਾ ਪੀਰ ਕੀ ਜੈ ਪੀਰ ਹਨੁਮਾਨ ਕੀ
ਪੰਜ ਮਿੰਟ ਦੇ ਅੰਦਰ ਅੰਦਰ ਸਾਨੂੰ ਕੁਸ਼ਤੀ ਦਾ ਫੈਸਲਾ ਦਿਓ। ਆਰ ਪਾਰ ਦੀ ਕੁਸ਼ਤੀ, ਆਰ ਪਾਰ ਦਾ ਫੈਸਲਾ ਦਿਓ ਜੀ, ਆਰ ਪਾਰ ਦਾ ਫੈਸਲਾ ਪੰਜ ਮਿੰਟ ਦੇ ਅੰਦਰ ਅੰਦਰ। ਲਾ ਪਹਿਲਵਾਨ ਤੇ ਦੀਪਕ, ਇਹ ਦੋਨੋਂ ਪਹਿਲਵਾਨ ਆ ਜਾਓ, ਲਵ ਤੇ ਦੀਪਕ। ਪਾਣੀ ਵਾਲੇ ਵੀਰ ਨੂੰ ਬੇਨਤੀ ਆ ਵੀ ਜੇ ਪਾਣੀ ਦੀ ਡੂਟੀ ਲੱਗੀ ਆ, ਕਿਰਪਾ ਕਰਕੇ ਥੱਲੇ ਪਾਣੀ ਲੈ ਕੇ ਆਵੇ, ਢੋਲੀ ਸਾਹਿਬ ਹੋਣਾ ਨੂੰ ਪਾਣੀ ਛਕਾਇਆ ਜਾਵੇ।
ਗੱਲ ਨੂੰ ਤੰਗ ਦੁਪੱਟਾ ਕਰਦਾ ਹਲੇ ਹੋਇਆ ਨੀ ਇਹ ਕੁਸ਼ਤੀ ਪ੍ਰੇਮੀਓ ਕਹਿੰਦੇ ਜਿਹੜੇ ਭਗਵਾਨ ਦੀ ਧੌਣ ਤੇ ਗੋਡਾ ਉਹਦਾ ਬਹੁਤ ਤੰਗ ਕਰਦਾ ਕਹਿੰਦੇ ਮਾਲ ਨੂੰ ਤੰਗ ਗੋਡਾ ਕਰਦਾ ਤੇ ਕੁੱਤੇ ਨੂੰ ਚੌਲ ਪਰਾਣੇ ਜਦੋਂ ਕੁੱਤਾ ਵਿਆਹ ਵਾਲੇ ਘਰੋਂ ਚੌਲ ਖਾ ਲਏ ਉਦੋਂ ਵੀ ਬਹੁਤ ਤੰਗ ਹੁੰਦਾ ਮਾਲ ਨੂੰ ਤੰਗ ਗੋਡਾ ਕਰਦਾ ਤੇ ਕੁੱਤੇ ਨੂੰ ਚੌਲ ਪੁਰਾਣੇ ਕਹਿੰਦੇ ਘੋੜੇ ਨੂੰ ਤੰਗ ਚਾਬੂ ਕਰਦਾ ਮੂੰਹ ਵਾਲੇ ਗੰਡਿਆਲੇ ਦੇ ਸਿਆਣੇ ਕਹਿੰਦੇ ਜਨਾਨੀ ਤੰਗ ਹੁੰਦੀ ਹੈ ਜਦੋਂ ਵਾਧੇ ਹੋ ਜਾਂ ਨਿਆਣੇ ਚਲਾ ਚਲਾ ਕੇ ਮਾਰਦੀ ਹੈ ਚਲੋ ਜੀ ਢੋਲੀ ਜੀ ਨਗਰ ਤੇ ਹੀਰਾ ਅੰਮ੍ਰਿਤਸਰ ਇਹ ਦੋਨੋਂ ਪਹਿਲਵਾਨ ਰੈਡੀ ਦਾ ਕਾਲਾ ਤੇ ਹੀਰਾ ਆ
ਸਹੇੜੀ ਬਾਬਲਾ ਘਰ ਦੇ ਡੰਗਰ ਡਰ ਜੇ। ਐ ਪਾਕਿਸਤਾਨੀ ਫੀਮ ਵਰਗਾ ਗੱਭਰੂ ਦਾ ਰੰਗ ਹੈ ਜੀ। ਅੱਜ ਪਤਾ ਲੱਗੇਗਾ ਤੀਜੇ ਕੁਆਟਰ ਫਾਈਨਲ ਸ਼ੁਰੂ ਹੋਣ ਲੱਗਾ। ਹਾਏ 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 ਲਾ ਜੀ, ਕਾਕਾ ਪਹਿਲਵਾਨ ਜਲੰਧਰ ਵਾਲਾ ਵੀ ਆ ਗਿਆ। ਆ ਕਾਕੇ ਇੱਕ ਖਾਰੇ ਪਾਸ਼ਾ ਨੂੰ ਸਲਾਮੀ ਦੇ, ਜ਼ੋਰਦਾਰ ਤਾੜੀ ਮਾਰਦੇ ਜੀ ਕਾਕਾ ਪਹਿਲਵਾਨ। ਸਾਰੀ ਬਹੁਤ ਕੁਸ਼ਤੀ ਪ੍ਰੇਮੀ, ਸਮਾਂ ਬਹੁਤ ਹੋ ਗਿਆ ਪਰ ਕਾਕੇ ਪਹਿਲਵਾਨ ਨੇ ਬਹੁਤ ਮਿਹਨਤ ਕੀਤੀ ਹੈ ਜੀ। ਅੰਮ੍ਰਿਤਸਰ ਤੋਂ ਸਵੇਰ ਦਾ ਗੱਡੀ ਤੇ ਬੈਠਾ ਸੀ ਪਰ ਹੁਣ ਪਹੁੰਚ ਗਿਆ। ਚਲੋ ਫੇਰ ਵੀ ਸਹੀ ਟਾਈਮ ਦੇ ਵਿੱਚ ਪਹੁੰਚ ਗਿਆ। ਅਸੀਂ ਬਹੁਤ ਸਮਾਂ ਜੀ ਕੁਸ਼ਤੀਆਂ ਦੇ ਵਿੱਚ ਬੈਠੋ ਜੀ ਕਾਕਾ ਜੀ ਬੈਠੋ ਜੀ। ਲਾ ਜੀ ਅੱਜ ਕਹਿੰਦੇ ਇਸ ਤੋਂ ਪਤਾ ਲੱਗੇਗਾ ਜੰਗਲ ਦੇ ਵਿੱਚ ਕਿ ਕਿਹਦੀ ਮਾਂ ਨੇ ਦੁੱਧ ਪਿਆਇਆ ਤੇ ਕਿਹਦੀ ਨੇ ਡੇਰੀ ਤੇ ਪਾਇਆ। ਇਹ ਡਾਕਟਰ ਸਾਹਿਬ ਤੁਸੀਂ ਤੇ ਜਾਣਦੇ ਹੋ ਦੁੱਧ ਕਹਿੰਦੇ ਵੱਖੋ ਵੱਖਰੇ ਕੰਮ ਕਰਦਾ। ਕਹਿੰਦੇ ਮੱਝ ਦਾ ਦੁੱਧ ਇਹ ਕਰਾਉਂਦਾ ਜੇ ਜੁੱਧ, ਅੱਜ ਇਹ ਜੁੱਧ ਹੋ ਰਿਹਾ ਦੁੱਧ ਦੇ ਨਾਲ ਹੀ ਹੁੰਦਾ ਜੇ ਮੱਝ ਦਾ ਦੁੱਧ ਪੀਏ ਤਾਂ। ਮੱਝ ਦਾ ਦੁੱਧ ਕਰਾਉਂਦਾ ਜੇ ਜੁੱਧ, ਕਹਿੰਦੇ ਗਾਂ ਦਾ ਦੁੱਧ ਵਧਾਉਂਦਾ ਜੇ ਬੁੱਧ, ਗਾਂ ਦਾ ਦੁੱਧ ਵਧਾਉਂਦਾ ਜੇ ਬੁੱਧ ਤੇ ਭੇਡ ਦਾ ਦੁੱਧ ਨਾ ਜੁੱਧ ਨਾ ਬੁੱਧ ਦੋਵੇਂ ਕੰਮ ਖਲਾਸ ਕਰ ਦਿੰਦਾ ਜੀ। ਵਜਾ ਦਿਓ ਤਾੜੀ, ਵਜਾ ਦਿਓ ਤਾੜੀ, ਵਜਾ ਦਿਓ ਤਾੜੀ। ਫੈਸਲਾ ਜੀ ਹੀਰਾ ਪਹਿਲਵਾਨ ਜੇਤੂ ਹੋਇਆ। ਬਨੀਤ ਤੇ ਰਿੰਕੂ ਕੂਲ ਇਹ ਦੋਨੋਂ ਪਹਿਲਵਾਨ ਵਾਲੇ ਸ਼ਿੰਦਾ ਪਹਿਲਵਾਨ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਬੀੜੀ ਔਰ ਤੰਬਾਕੂ ਕੋ ਕਿਸੀ ਵੀ ਤਰ੍ਹਾਂ ਕੰਮ ਕਰਕੇ ਉਸਕੋ ਪਬਲਿਕ ਪਲੇਸਿਸ ਮੈਂ ਹਮ ਨਾ ਸਮੋਕਿੰਗ ਕਰੇ ਤੋ ਉਸਸੇ ਨਾ ਕੇਵਲ ਹਮਾਰੇ ਆਨੇ ਵਾਲੀ ਪੀੜ੍ਹੀ ਕਾ ਭਲਾ ਹੋਗਾ ਬਲਕਿ ਹਮ ਲੋਕ ਜੋ ਇਸ ਪੀੜ੍ਹੀ ਮੈਂ ਚੱਲ ਰਹੇ ਹਾਂ ਔਰ ਹਮਾਰੇ ਸੇ ਉੱਪਰ ਵਾਲੀ ਪੀੜ੍ਹੀ ਮੈਂ ਚੱਲ ਰਹੇ ਉਨਕਾ ਵੀ ਫਾਇਦਾ ਹੋਗਾ ਕਿਉਂਕਿ ਇੰਡੀਆ ਕੇ ਅੰਦਰ 40% ਜੋ ਕੈਂਸਰ ਹੈ ਉਹ ਸਿਰਫ ਇਸ ਤੰਬਾਕੂ ਕੀ ਵਜ੍ਹਾ ਸੇ ਹੈ, ਇਸ ਬੀੜੀ ਕੀ ਵਜ੍ਹਾ ਸੇ ਹੈ। ਇਸ ਲਈ ਸਰਕਾਰ ਨੇ ਵੀ ਸਿਗਰੇਟ ਕੇ ਪੈਕੇਟਸ ਮੇ ਬੜਾ ਬੜਾ ਵਾ ਕੈਂਸਰ ਕਾ ਫੋਟੋ ਬਣਾਇਆ ਹੋਇਆ ਹੈ ਤਾਂ ਕਿ ਆਪ ਲੋਕ ਜੋ ਹੈ ਵੋ ਬੀੜੀ ਔਰ ਤੰਬਾਕੂ ਕਾ ਸੇਵਨ ਨਾ ਕਰੇ। ਔਰ ਬਾਕੀ ਆਪਸੇ ਯੇ ਰਿਕੁਐਸਟ ਰਹੇਗੀ ਸਬਸੇ ਕਿ ਐਟ ਲੀਸਟ ਪਬਲਿਕ ਪਲੇਸਿਸ ਮੇ ਬੀੜੀ ਤੰਬਾਕੂ ਕਾ ਸੇਵਨ ਨਾ ਕਰੇ ਕਿਉਂਕਿ ਏਕ ਬੀੜੀ ਸੇ 4000 ਕੈਮੀਕਲ ਜੋ ਕੈਂਸਰ ਪੈਦਾ ਕਰਤੇ ਹੈ ਵੋ ਨਿਕਲਤੇ ਹੈ। ਅਗਰ ਹਮ ਸਮੋਕ ਕਰ ਰਹੇ ਹੈ ਤੋ ਵੋ ਦੂਸਰੇ ਆਦਮੀ ਪੇ ਗਿਰਤੇ ਹੈ ਔਰ ਅਗਰ ਘਰ ਪੇ ਸਮੋਕ ਕਰ ਰਹੇ ਹੈ ਤੋ ਵੋ ਛੋਟੇ ਬੱਚੋਂ ਪੇ, ਆਪਕੇ ਬਿਸਤਰ ਪੇ, ਆਪਕੇ ਖਾਣੇ ਕੇ ਬਰਤਨੋਂ ਪੇ ਵੋ ਰਹਤੇ ਹੈ ਔਰ ਉਸਕੀ ਵਜ੍ਹਾ ਸੇ ਕੈਂਸਰ ਹੋਤਾ ਹੈ। ਤੋ ਇੰਡੀਆ ਕਾ 40% ਕੈਂਸਰ ਹਮ ਖਤਮ ਕਰ ਸਕਤੇ ਹੈ ਅਗਰ ਯੇ ਹਮ ਆਜ ਕੇ ਦਿਨ ਯੇ ਪ੍ਰਣ ਨੇ ਹਿਮਾਚਲ ਡੇ ਕੇ ਦਿਨ ਕੇ ਹਮ ਬੀੜੀ ਔਰ ਤੰਬਾਕੂ ਔਰ ਸਿਗਰੇਟ ਸੇ ਦੂਰ ਰਹੇਗੇ। ਧੰਨਵਾਦ। ਕਿਉਂਕਿ ਹਿੰਦੁਸਤਾਨ ਨਸ਼ਿਆਂ ਦੇ ਦਲਦਲ ਦੇ ਵਿੱਚ ਧੱਸਦਾ ਜਾ ਰਿਹਾ ਔਰ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਫਿਰ ਇਹੋ ਜਿਹੇ ਉਪਾਅ ਕੀਤੇ ਜਾਂਦੇ ਨੇ। ਜਾਂ ਕੁਸ਼ਤੀ ਪ੍ਰੇਮੀ ਜੇ ਤੁਸੀਂ ਸਮਝੋ ਕਿ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਾਡੀ ਛਿੰਝ ਕਮੇਟੀ ਨੇ ਗੁਰੂ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ। ਕਰਜੋਰ ਦਾ ਤਾੜੀ ਮਾਰਦੇ ਨੇ ਨਾ ਦੀ
क्योंकि नशे जिंदगी असी पंजाब नूं बलाउण करदे असी देख रहे पंजाब दे विच की हालात चल रहे ने। कोई भी घर सेफ नहीं। जे किसी ने अपने बच्चे नूं नशे तों बचा लिया समझो उन्हें गंगा दा स्नान करा लेनी कि तू 12 इंच की बोतल है तू 12 इंच की बोतल नहीं की भरिया है विच तेरे तेन कढ़न वाले भी गुजरे कई गुजरे ने यार मेरे तेन मूह नू की लाया नी कम कार दा वर्का पा दिता लाल रंग दी परिए नी तो कईयां दा घर उजाड़ दिता। मेहरबानी शुक्रिया जी जल्दी करी जी फैसला दा तुहानी जल्दी जल्दी फैसला जल्दी
सब नू हमीरपुर के राम सूप ये पहलवान तैयार हो बबू ते सुनू कसम ते दिला ये पहलवान रेडी हो जाओ कांगड़ा के कुलदीप लाइस कुश्ती के बाद तैयार होगी पहलवान साबा पहलवान के मलकीत पहलवान स्पेशल कुश्ती देखनी है जनका के वेद प्रकाश ये भी रेडी हो जी बहुत बहुत धन्यवाद जी बोले 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 लगता था पीर की हनुमान की जय चलो जी भगवान जी करो जी कुछ गुरु हाँ जी हाँ जी हाँ जी दस्यो जी किन्नी माली है जी आप अनाउंस कर दे दिए किन्नी माली है जी दस दे जी लखनवे सौ इकहत्तर सौ रुपया कर खुल के तारी मार दियो कनवे सौ इकहत्तर सौ हाँ जी ना फाइनल मुकाबला शुरू हो गया जे कहते जित किसनू नसीब होंगी है हम पता लग जू चलो जी हम अकबर जी तुम खिंच के रखो चलो जी खिंच के रखो ताड़ी मारते कुश्ती आर पार की होनी चाहिए आर पार की कुश्ती होनी चाहिए जे अंकल जी हेलो हेलो जे कुश्ती बढ़िया हुई तो फिर बता दिए कानवे कत्तर रहने देना पूरा नहीं करना चलो कोई गल नहीं जी एक जोरदार ताड़ी मार दे कानवे सौ इकहत्तर सौ बहुत बड़ा गुलाबी गुलाबी नोट दिते जाने जे मोदी साहब ने नवे चलाए चलो जी एक बार जोर खेती है
बढ़िया अंदर बुलाओ रोने वेचनू वेचनू बहुत बहुत धन्यवादी हाँ जिन्हें भी रब वर्गिया रूह इस दंगल के पहुंचा ने जिन्होंने अपना कीमती समा कट के इन्हों पहलवाना कीमती कुश्तियां देखने वास्ते पहुंचे असं बहुत बहुत धन्यवाद उन्होंने वीर का भी धन्यवाद जिन्होंने अपनी नेक कमाई के इस दंगल के वास्ते तिल फुल भेंट किए हैं बहुत बहुत धन्यवाद और असं समूह सिंह कमेटी को बधाई देने क्योंकि अज का दंगल जरा संपूर्ण हो जा रहा वधाई के पात्र ने सारी सिंह कमेटी क्योंकि अज का दंगल जरा संपूर्ण हो जा रहा फाइनल मुकाबला जा रहा चलो जी अकबर जी दस दिए कि अज का जिहड़ा दंगल होया ये लाइव कल 8 बजे लाइव चलेगा जी एच टूडे 712 नंबर चैनल एच टूडे कल 8 बजे इस दंगल का सीधा प्रसारण चलेगा और एक महीने वास्ते खुल के ताली मार दो जी एच टूडे के नाल ही एक महीना लगातार ये लाइव चलेगा जी मेहरबानी जी शुक्रिया जी
ਨੜਵੇ ਸਾਹਿਬ ਔਰ 7100 ਦਾ ਮੁਕਾਬਲਾ ਚੱਲ ਰਿਹਾ ਹੈ। ਵੇਲੇ ਹਸਨ ਪਹਿਲ ਮਨੁੱਖਰ ਤੇ ਸੋਹਣੀ ਪਹਿਲਵਾਨ ਸਮੇਂ ਖਲੀ ਬਰਕਾਡੇ ਦੀ ਕੁਸ਼ਤੀ ਹੋ ਰਹੀ ਹੈ ਦੋਨਾਂ ਪਹਿਲਵਾਨਾਂ ਵਿੱਚ ਫਾਈਨਲ ਮੁਕਾਬਲਾ। ਤਰੀਕ ਹੋਇਆ ਕਰੇਗੀ 15 April, ਨੋਟ ਕਰ ਲੋ ਜੀ, ਸਾਰੇ ਨੋਟ ਕਰ ਲੋ ਜੀ। ਪ੍ਰਧਾਨ ਜੀ ਆ ਜਾਓ ਜੀ, ਲੈ ਮਾਨ ਸਨਮਾਨ ਦੀਆਂ ਰਸਮਾਂ ਇਹਨਾਂ ਪਹਿਲਵਾਨਾਂ ਨੂੰ ਕੀਤੀਆਂ ਜਾ ਰਹੀਆਂ ਜੀ। ਨਾਲ 9100 ਤੇ 7100 ਰੁਪਇਆ ਨਾਲ ਇੱਕ ਮੋਮੈਂਟੋ ਦਿੱਤਾ ਜਾ ਰਿਹਾ, ਇੱਕ ਮੋਮੈਂਟੋ ਨਾਲ 9100 ਤੇ 7100 ਰੁਪਇਆ ਦਿੱਤਾ ਜਾ ਰਿਹਾ।
आज जी आज के यादगारी फोटो हो जी आज जी मैंने पहले लेना था फिर मैं भी आ जाऊंगा।